ਪੰਜਾਬ ਦੇ ਕਈ ਇਲਾਕਿਆਂ 'ਚ ਬੀਤੀ ਰਾਤ ਤੋਂ ਹੀ ਬੇਮੌਸਮੀ ਬਰਸਾਤ ਹੋ ਰਹੀ ਹੈ, ਜਿਸ ਨਾਲ ਝੋਨੇ ਦੀ ਫਸਲ ਨੂੰ ਨੁਕਸਾਨ ਹੋਇਆ ਹੈ। ਨਾਭਾ ਵਿਖੇ ਵੀ ਬੀਤੀ ਰਾਤ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਨਾਲ ਝੋਨੇ ਦੀ ਪੱਕੀ ਹੋਈ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ। ਬਰਸਾਤ ਨਾਲ ਤੇਜ਼ ਹਵਾ ਚੱਲਣ ਨਾਲ ਕਈ ਥਾਵਾਂ 'ਤੇ ਬਾਸਮਤੀ ਝੋਨੇ ਦੀ ਫਸਲ ਖੇਤਾਂ ਵਿੱਚ ਪੂਰੀ ਤਰ੍ਹਾਂ ਵਿੱਛ ਗਈ ਹੈ, ਜਿਸ ਨਾਲ ਜਿੱਥੇ ਇਸ ਨੂੰ ਵੱਢਣਾ ਮੁਸ਼ਕਿਲ ਹੋਵੇਗਾ ਉੱਥੇ ਦਾਣੇ ਦੇ ਕਾਲੇ ਪੈਣ ਅਤੇ ਝਾੜ ਘੱਟ ਜਾਵੇਗਾ, ਜਿਸ ਦਾ ਕਿਸਾਨਾਂ ਨੂੰ ਸਿੱਧਾ ਨੁਕਸਾਨ ਹੈ। ਬਾਰਿਸ਼ ਨਾਲ ਤਾਂ ਬਵੇ ਹੱਦ ਨੁਕਸਾਨ ਹੈ ਜੀ। ਪੱਕੀਆਂ ਹੋਈਆਂ ਜੀਰੀਆਂ ਸਾਰੀਆਂ ਢਹਿ ਗਈਆਂ ਨੇ, ਨਾ ਇਹਨਾਂ ਨੂੰ ਹੱਥੀਂ ਵੱਢਿਆ ਜਾ ਸਕਦਾ, ਨਾ ਇਹਨਾਂ ਨੂੰ ਕੰਪਾਈਨ ਵੱਢ ਸਕਦੀ ਹੈ। ਹੱਥੀਂ ਵਢਾਇਆ ਜਾਊਗਾ, ਦਾਣੇ ਕਿਰਨਗੇ, ਖਰਚਾ ਬੇਹੱਦ ਹੈ। ਅੱਛਾ, ਖਰਚਾ ਇਹਦੇ 'ਤੇ ਅੱਧੋ ਅੱਧ ਹੋ ਜਾਂਦਾ, ਹੁਣ ਅੱਧ ਪੱਲੇ ਨਹੀਂ ਪੈਂਦਾ ਜ਼ਿਮੀਂਦਾਰ ਦੇ। ਜੇ ਗੱਲ ਕੀਤੀ ਜਾਵੇ ਕਿ ਜਿਹੜੇ ਹੁਣ ਅੱਗੇ ਕੀ ਮੰਗ ਕਰਦੇ ਸਰਕਾਰ, ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ। ਅਸੀਂ ਪਹਿਲਾਂ ਕਰਜ਼ੇ ਫੂਕਣ 'ਤੇ ਹੀ ਬਹੁਤ ਦੁਖੀ ਹੋਏ ਪਏ ਹਾਂ। ਸਰਕਾਰ ਕਹਿੰਦੀ ਆ ਕਰਜ਼ਾ ਫੂਕੂਗਾ ਤਾਂ ਇਹਦੇ 'ਤੇ ਜੁਰਮਾਨਾ ਕੀਤਾ ਜਾਊਗਾ। ਹੁਣ ਇਹਦੇ ਨਾ ਤਾਂ ਕੋਈ ਕਰਜ਼ੇ, ਨਾ ਇਹਨੂੰ ਉਹ, ਸਰਕਾਰ ਨੂੰ ਚਾਹੀਦਾ ਵੀ ਕੁਛ ਨਾ ਕੁਛ ਜ਼ਿਮੀਂਦਾਰਾਂ ਨੂੰ ਮਦਦ ਦੇਣੀ ਚਾਹੀਦੀ ਹੈ। ਨੁਕਸਾਨ ਆ ਜ਼ਿਆਦਾ ਜਿਹੜੇ 1500-1100-2100 ਆ, ਇਹਨਾਂ ਕੁਆਲਿਟੀ ਦਾ ਕੀ ਨੁਕਸਾਨ ਹੋਇਆ? ਕੀ ਨੁਕਸਾਨ ਜੀ? ਜੀਰੀ ਗਿਰ ਗਈ ਥੱਲੇ, ਪਾਣੀ 'ਚ ਡੁੱਬ ਗਏ ਛਿੱਟੇ। ਇਸ ਨਾਲ ਅੱਗੇ ਕੀ ਨੁਕਸਾਨ ਹੋ ਗਿਆ? ਦਾਣਾ ਕਾਲਾ ਵਗੈਰਾ ਹੋ ਜੇ, ਇਹ ਦਾਣਾ ਵੀ ਕਾਲਾ ਹੋ ਜੂ ਜੀ। ਜੇ ਮਾੜੀ ਮੋਟੀ ਹੋਰ ਬਾਰਿਸ਼ ਪੈ ਗਈ, ਜਿਹੜੀ ਵਿੱਚ ਡੁੱਬਿਆ ਖੜਾ ਉਹ ਬੀਜ ਹਰਾ ਹੋ ਜਾਣਾ, ਉਹ ਦਾਣਾ ਹਰਾ ਹੋ ਜੂਗਾ, ਤੂੰ ਵੀ ਮਰ ਜੂਗਾ। ਉਹਦਾ ਵੱਡਾ ਨੁਕਸਾਨ ਹੋਇਆ ਕਿਸਾਨ? ਹਾਂਜੀ, ਵੱਧ ਤੋਂ ਵੱਧ ਨੁਕਸਾਨ ਹੋਇਆ। ਜੀਰੀ 11-1100-1500 ਬਹੁਤ ਡਿੱਗੀ ਹੈ ਜੀ, ਇਹਦਾ ਬਹੁਤ ਨੁਕਸਾਨ ਹੋਇਆ। ਰਾਤ ਦਾ ਮੀਂਹ ਪੈਂਦਾ, ਬਾਰਿਸ਼ ਬਹੁਤ, ਛਿੱਟੇ ਡੱਬੇ ਹੋਏ ਨੇ ਜੀ। ਇਹ ਇਸ ਤਰ੍ਹਾਂ ਬੇਮੌਸਮੀ ਬਰਸਾਤ ਨਾਲ? ਹਾਂਜੀ ਹਾਂ, ਬੇਮੌਸਮੀ ਬਰਸਾਤ ਨਾਲ ਜੀਰੀ ਪੱਕੀ ਹੋਈ ਤੀ, ਇਹ ਹੁਣ ਜੀਰੀ ਜੇ ਹੋਰ ਬਾਰਿਸ਼ ਹੋਏਗੀ ਛਿੱਟੇ ਵਿੱਚ ਡੁੱਬੇ ਰਹੇ, ਵਿੱਚ ਹਰੇ ਹੋ ਜਾਣਗੇ, ਹੋਰ ਤੂੰ ਮਰ ਜਾਣਗੇ ਛਿੱਟੇ। ਝਾੜ ਦਾ ਵੀ ਨੁਕਸਾਨ? ਝਾੜ ਦਾ ਬਹੁਤ ਨੁਕਸਾਨ ਆ ਜੀ। ਜਾਗਤੀ ਲੈ ਲਈ ਨਾਭਾ ਤੋਂ ਦੀਪਕ ਬਾਂਗਾ ਦੀ ਰਿਪੋਰਟ।